ਦੋਸਤੋ, ਇਹ ਕੋਈ ਧਾਰਮਿਕ ਸਥਾਨ ਨਹੀਂ, ਇਹ ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਵਿਗਿਆਨ ਦੀ ਖੋਜ ਦੇ ਨਾਲ ਬਣਾਈ ਹੋਈ ਇੱਕ ਆਈਟਮ ਹੈ, ਜਿਸ ਦੇ ਵਿੱਚ ਅੱਗ ਅਤੇ ਪਾਣੀ ਦਾ ਸੁਮੇਲ ਦਿਖਾਇਆ ਹੋਇਆ ਹੈ। ਸਾਈਡਾਂ ਦੇ ਉੱਤੇ ਆਪਾਂ ਵੇਖਦੇ ਹਾਂ ਕਿ ਸਾਰੇ ਪਾਸੇ ਪਾਣੀ ਨਿਕਲ ਰਿਹਾ ਹੈ, ਅਤੇ ਸੈਂਟਰ ਦੇ ਵਿੱਚ ਜੋ ਮਿਸਾਲ ਹੈ ਉਹਦੇ ਵਿੱਚ ਜਲਨਸ਼ੀਲ ਪਦਾਰਥ ਪਾਇਆ ਹੋਇਆ ਜੋ ਲਗਾਤਾਰ ਜਲ ਰਿਹਾ। ਅਤੇ ਜੇਕਰ ਇਹ ਕੁਛ ਭਾਰਤ ਵਿੱਚ ਹੁੰਦਾ ਤਾਂ ਇਹਨੂੰ ਕਿਸੇ ਨਾ ਕਿਸੇ ਚਮਤਕਾਰ ਦਾ ਨਾਂ ਦੇ ਦਿੱਤਾ ਜਾਣਾ ਸੀ। ਸੋ ਦੇਖੋ, ਵਿਗਿਆਨ ਨੇ ਅੱਗ ਅਤੇ ਪਾਣੀ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਹੋਇਆ। ਇਹ ਅਸਲੀ ਪਾਣੀ ਹੈ ਅਤੇ ਅਸਲੀ ਅੱਗ ਹੈ। ਓਕੇ ਜੀ, ਜੈ ਇਨਸਾਨ ਜੀ।